ਸ਼ੀਤਲੰਗੁਰਾਲ ਦਾ ਯੂ-ਟਰਨ ਕੈਨਸਲ ਕਰ ਦਿੱਤਾ ਗਿਆ ਜੀ ਹਾਂ ਸ਼ੀਤਲੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਵਿਧਾਨ ਸਭਾ ਸਪੀਕਰ ਨੇ ਅਸਤੀਫਾ ਮਨਜ਼ੂਰ ਕੀਤਾ ਹੈ ਸ਼ੀਤਲੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖੀ ਸੀ ਜਿਸ ਤੋਂ ਬਾਅਦ ਹੁਣ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਤਾਂ ਅਸਤੀਫਾ ਵਾਪਸ ਲੈਣ ਲਈ ਇਹ ਸਾਰੀ ਚਿੱਠੀ ਲਿਖੀ ਗਈ ਹਾਈ ਕੋਰਟ ਜਾਣ ਦੀ ਉਹਨਾਂ ਨੇ ਧਮਕੀ ਵੀ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਸਪੀਕਰ ਦੇ ਵੱਲੋਂ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਤਾਂ ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਸਨ ਸ਼ੀਤਲ ਅੰਗੁਰਾਲ ਤੇ ਹੁਣ ਉਹ ਵਿਧਾਇਕ ਨਹੀਂ ਰਹੇ ਉਹਨਾਂ ਦੀ ਐਮਐਲਏ ਦੀ ਜਿਹੜੀ ਮੈਂਬਰਸ਼ਿਪ ਸੀ ਉਹ ਕੈਨਸਲ ਕਰ ਦਿੱਤੀ ਗਈ ਹੈ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਗਿਆ ਹੈ ਤਾਂ ਸ਼ੀਤਲ ਲੰਗੁਰਾਲ ਦੇ ਅਸਤੀਫੇ ਤੇ ਅੱਜ ਫੈਸਲਾ ਹੋਣਾ ਸੀ ਸਪੀਕਰ ਨੇ ਫੈਸਲਾ ਲੈਣਾ ਸੀ ਕਈ ਦਿਨਾਂ ਤੋਂ ਇਹ ਸਾਰਾ ਜਿਹੜਾ ਖੇੜਾ ਚੱਲ ਰਹੀ ਹੈ ਤਾਂ ਸਪੀਕਰ ਦੇ ਵੱਲੋਂ ਜਿਹੜਾ ਅਸਤੀਫਾ ਹੈ ਅੱਜ ਮਨਜ਼ੂਰ ਕਰ ਲਿਆ ਗਿਆ ਹੈ ਤੇ ਦੱਸ ਦਈਏ ਕਿ ਸ਼ੀਤਲ ਲੰਗੁਰਾਲ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਲੋਕਾਂ ਨੇ ਐਮਐਲਏ ਬਣਾਇਆ ਕਿਸੇ ਪਾਰਟੀ ਨੇ ਨਹੀਂ ਤਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਸਨ ਸ਼ੀਤਲ ਲੰਗੁਰਾਲ ਐਮਪੀ ਰਿੰਕੂ ਜੋ ਕਿ ਆਮ ਆਦਮੀ ਪਾਰਟੀ ਦੇ ਹਿੱਸਾ ਸਨ ਜਦੋਂ ਐਮਪੀ ਰਿੰਕੂ ਨੇ ਬੀਜੇਪੀ ਜੁਆਇਨ ਕੀਤੀ ਨਾਲ ਦੀ ਨਾਲ ਸ਼ੀਤਲ ਅੰਗੁਰਾਲ ਦੇ ਵੱਲੋਂ ਵੀ ਬੀਜੇਪੀ ਜੁਆਇਨ ਕਰ ਲਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਐਮਐਲਏ ਦੀ ਮੈਂਬਰਸ਼ਿਪ ਤੋਂ ਅਸਤੀਫੇ ਦੇ ਲਈ ਚਿੱਠੀ ਲਿਖੀ ਜਿਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਜਿਹੜਾ ਇਹ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਸੀ ਤੇ ਕੱਲ ਉਹਨਾਂ ਨੇ ਹਾਈ ਕੋਰਟ ਜਾਣ ਦੀ ਧਮਕੀ ਦਿੱਤੀ ਅਤੇ ਹੁਣ ਸ਼ੀਤਲ ਅੰਗੁਰਾਲ ਦਾ ਅਸਤੀਫਾ ਮੰਜ਼ੂਰ ਕਰ ਲਿਆ ਗਿਆ ਹੈ ਸ਼ੀਤਲੰਗੁਰਾਲ ਨੇ ਵੀ ਕਿਹਾ ਸੀ ਕਿ ਮੈਂ ਭਾਜਪਾ ਚ ਹਾਂ ਜਾਂ ਨਹੀਂ ਇਸ ਦਾ ਜਵਾਬ ਅਜੇ ਨਹੀਂ ਦੇ ਸਕਦਾ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਭਾਜਪਾ ਦੀਆਂ ਪੋਸਟਾਂ ਵੀ ਟਾਲੀਆਂ ਗਈਆਂ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਵੀ ਪਹੁੰਚੇ ਸਨਾ ਸ਼ੀਤਲੰਗੁਰਾਲ ਉਹਨਾਂ ਨੂੰ ਉੱਥੇ ਸਪੀਕਰ ਨਹੀਂ ਮਿਲੇ ਇਸ ਲਈ ਅੰਗੁਰਾਲ ਨੇ ਵਿਧਾਨ ਸਭਾ ਸਕੱਤਰ ਨੂੰ ਆਪਣਾ ਪੱਤਰ ਸੌਂਪ ਦਿੱਤਾ ਸੀ ਜਿਸ ਤੋਂ ਬਾਅਦ ਇਹ ਇੰਤਜ਼ਾਰ ਹੋ ਰਿਹਾ ਸੀ ਕੇ ਵਿਧਾਨ ਸਭਾ ਸਪੀਕਰ ਇਸ ਉੱਪਰ ਕੀ ਫੈਸਲਾ ਲੈਂਦੇ ਨੇ ਤੇ ਹੁਣ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦੇ ਵੱਲੋਂ ਇਹ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਸ਼ੀਤਲੰਗੁਰਾਲ ਦਾ ਯੂ ਟਰਨ ਕੈਨਸਲ ਕਰ ਦਿੱਤਾ ਗਿਆ। ਜੀ ਹਾਂ ਸ਼ੀਤਲੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਵਿਧਾਨ ਸਭਾ ਸਪੀਕਰ ਨੇ ਅਸਤੀਫਾ ਮਨਜ਼ੂਰ ਕੀਤਾ ਹੈ ਸ਼ੀਤਲੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖੀ ਸੀ ਜਿਸ ਤੋਂ ਬਾਅਦ ਹੁਣ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਅਸਤੀਫਾ ਵਾਪਸ ਲੈਣ ਲਈ ਇਹ ਸਾਰੀ ਚਿੱਠੀ ਲਿਖੀ ਗਈ ਹਾਈ ਕੋਰਟ ਜਾਣ ਦੀ ਉਹਨਾਂ ਨੇ ਧਮਕੀ ਵੀ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਸਪੀਕਰ ਦੇ ਵੱਲੋਂ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਸਨ ਸ਼ੀਤਲ ਅੰਗੁਰਾਲ ਤੇ ਹੁਣ ਉਹ ਵਿਧਾਇਕ ਨਹੀਂ ਰਹੇ ਉਹਨਾਂ ਦੀ ਐਮਐਲਏ ਦੀ ਜਿਹੜੀ ਮੈਂਬਰਸ਼ਿਪ ਸੀ ਉਹ ਕੈਨਸਲ ਕਰ ਦਿੱਤੀ ਗਈ ਆ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਗਿਆ ਹੈ ਤਾਂ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੇ ਅੱਜ ਫੈਸਲਾ ਆਉਣਾ ਸੀ ਸਪੀਕਰ ਨੇ ਫੈਸਲਾ ਲੈਣਾ ਸੀ ਕਈ ਦਿਨਾਂ ਤੋਂ ਇਹ ਸਾਰਾ ਜਿਹੜਾ ਖੇਡ ਹੈ ਚੱਲ ਰਹੀ ਹੈ ਤਾਂ ਸਪੀਕਰ ਦੇ ਵੱਲੋਂ ਜਿਹੜਾ ਅਸਤੀਫਾ ਹੈ ਅੱਜ ਮਨਜ਼ੂਰ ਕਰ ਲਿਆ ਗਿਆ ਹੈ ਤੇ ਦੱਸ ਦਈਏ ਕਿ ਸ਼ੀਤਲੰਗੁਰਾਲ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਲੋਕਾਂ ਨੇ ਐਮਐਲਏ ਬਣਾਇਆ ਕਿਸੇ ਪਾਰਟੀ ਨੇ ਨਹੀਂ ਤਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਸਨ ਸ਼ੀਤਲੰਗੁਰਾਲ ਐਮਪੀ ਰਿੰਕੂ ਜੋ ਕਿ ਆਮ ਆਦਮੀ ਪਾਰਟੀ ਦੇ ਹਿੱਸਾ ਸਨ ਜਦੋਂ ਐਮਪੀ ਰਿੰਕੂ ਨੇ ਭਾਜਪਾ ਜੁਆਇਨ ਕੀਤੀ ਨਾਲ ਦੀ ਨਾਲ ਸ਼ੀਤਲੰਗੁਰਾਲ ਦੇ ਵੱਲੋਂ ਵੀ ਭਾਜਪਾ ਜੁਆਇਨ ਕਰ ਲਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਐਮਐਲਏ ਦੀ ਮੈਂਬਰਸ਼ਿਪ ਤੋਂ ਸਤੀਫੇ ਦੇ ਲਈ ਚਿੱਠੀ ਲਿਖੀ ਜਿਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਜਿਹੜਾ ਇਹ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਸੀ ਤੇ ਕੱਲ ਉਹਨਾਂ ਨੇ ਹਾਈ ਕੋਰਟ ਜਾਣ ਦੀ ਧਮਕੀ ਦਿੱਤੀ ਅਤੇ ਹੁਣ ਸ਼ੀਤਲੰਗੁਰਾਲ ਦਾ ਅਸਤੀਫਾ ਮੰਜ਼ੂਰ ਕਰ ਲਿਆ ਗਿਆ ਹੈ ਸ਼ੀਤਲੰਗੁਰਾਲ ਨੇ ਵੀ ਕਿਹਾ ਸੀ ਕਿ ਮੈਂ ਭਾਜਪਾ 'ਚ ਹਾਂ ਜਾਂ ਨਹੀਂ ਇਸ ਦਾ ਜਵਾਬ ਅਜੇ ਨਹੀਂ ਦੇ ਸਕਦਾ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਭਾਜਪਾ ਦੀਆਂ ਪੋਸਟਾਂ ਵੀ ਟਾਲੀਆਂ ਗਈਆਂ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਵੀ ਪਹੁੰਚੇ ਸਨ ਅੰਛੀਤਲੰਗੁਰਾਲ ਉਹਨਾਂ ਨੂੰ ਉੱਥੇ ਸਪੀਕਰ ਨਹੀਂ ਮਿਲੇ ਇਸ ਲਈ ਅੰਗੁਰਾਲ ਨੇ ਵਿਧਾਨ ਸਭਾ ਸਕੱਤਰ ਨੂੰ ਆਪਣਾ ਪੱਤਰ ਸੌਂਪ ਦਿੱਤਾ ਸੀ ਜਿਸ ਤੋਂ ਬਾਅਦ ਇੰਤਜ਼ਾਰ ਹੋ ਰਿਹਾ ਸੀ ਕਿ ਵਿਧਾਨ ਸਭਾ ਸਪੀਕਰ ਇਸ ਉੱਪਰ ਕੀ ਫੈਸਲਾ ਲੈਂਦੇ ਨੇ ਤੇ ਹੁਣ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦੇ ਵੱਲੋਂ ਇਹ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਸ਼ੀਤਲੰਗੁਰਾਲ ਦਾ ਯੂ ਟਰਨ ਕੈਨਸਲ ਕਰ ਦਿੱਤਾ ਗਿਆ। ਜੀ ਹਾਂ ਸ਼ੀਤਲੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਵਿਧਾਨ ਸਭਾ ਸਪੀਕਰ ਨੇ। ਅਸਤੀਫਾ ਮਨਜ਼ੂਰ ਕੀਤਾ ਹੈ ਸ਼ੀਤਲੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖੀ ਸੀ ਜਿਸ ਤੋਂ ਬਾਅਦ ਹੁਣ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਅਸਤੀਫਾ ਵਾਪਸ ਲੈਣ ਲਈ ਇਹ ਸਾਰੀ ਚਿੱਠੀ ਲਿਖੀ ਗਈ ਹਾਈ ਕੋਰਟ ਜਾਣ ਦੀ ਉਹਨਾਂ ਨੇ ਧਮਕੀ ਵੀ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਸਪੀਕਰ ਦੇ ਵੱਲੋਂ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਸਨ ਸ਼ੀਤਲ ਅੰਗੁਰਾਲ ਤੇ ਹੁਣ ਉਹ ਵਿਧਾਇਕ ਨਹੀਂ ਰਹੇ ਉਹਨਾਂ ਦੀ ਐਮਐਲਏ ਦੀ ਜਿਹੜੀ ਮੈਂਬਰਸ਼ਿਪ ਸੀ ਉਹ ਕੈਨਸਲ ਕਰ ਦਿੱਤੀ ਗਈ ਆ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਗਿਆ ਹੈ ਤਾਂ ਸ਼ੀਤਲ ਲੰਗੁਰਾਲ ਦੇ ਅਸਤੀਫੇ ਤੇ ਅੱਜ ਫੈਸਲਾ ਹੋਣਾ ਸੀ ਸਪੀਕਰ ਨੇ ਫੈਸਲਾ ਲੈਣਾ ਸੀ ਕਈ ਦਿਨਾਂ ਤੋਂ ਇਹ ਸਾਰਾ ਜਿਹੜਾ ਖੇੜ ਹੈ ਚੱਲ ਰਹੀ ਹੈ ਤਾਂ ਸਪੀਕਰ ਦੇ ਵੱਲੋਂ ਜਿਹੜਾ ਅਸਤੀਫਾ ਹੈ ਅੱਜ ਮਨਜ਼ੂਰ ਕਰ ਲਿਆ ਗਿਆ ਹੈ ਤੇ ਦੱਸ ਦਈਏ ਕਿ ਸ਼ੀਤਲ ਲੰਗੁਰਾਲ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਲੋਕਾਂ ਨੇ ਐਮਐਲਏ ਬਣਾਇਆ ਕਿਸੇ ਪਾਰਟੀ ਨੇ ਨਹੀਂ ਤਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਸਨ ਸ਼ੀਤਲ ਲੰਗੁਰਾਲ ਐਮਪੀ ਰਿੰਕੂ ਜੋ ਕਿ ਆਮ ਆਦਮੀ ਪਾਰਟੀ ਦੇ ਹਿੱਸਾ ਸਨ ਜਦੋਂ ਐਮਪੀ ਰਿੰਕੂ ਨੇ ਬੀਜੇਪੀ ਜੁਆਇਨ ਕੀਤੀ ਨਾਲ ਦੀ ਨਾਲ ਸ਼ੀਤਲ ਅੰਗੁਰਾਲ ਦੇ ਵੱਲੋਂ ਵੀ ਬੀਜੇਪੀ ਜੁਆਇਨ ਕਰ ਲਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਐਮਐਲਏ ਦੀ ਮੈਂਬਰਸ਼ਿਪ ਤੋਂ ਸਤੀਫੇ ਦੇ ਲਈ ਚਿੱਠੀ ਲਿਖੀ ਜਿਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਜਿਹੜਾ ਇਹ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਸੀ ਤੇ ਕੱਲ ਉਹਨਾਂ ਨੇ ਹਾਈ ਕੋਰਟ ਜਾਣ ਦੀ ਧਮਕੀ ਦਿੱਤੀ ਅਤੇ ਹੁਣ ਸ਼ੀਤਲੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਸ਼ੀਤਲੰਗੁਰਾਲ ਨੇ ਵੀ ਕਿਹਾ ਸੀ ਕਿ ਮੈਂ ਭਾਜਪਾ 'ਚ ਹਾਂ ਜਾਂ ਨਹੀਂ ਇਸ ਦਾ ਜਵਾਬ ਅਜੇ ਨਹੀਂ ਦੇ ਸਕਦਾ। ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਭਾਜਪਾ ਦੀਆਂ ਪੋਸਟਾਂ ਵੀ ਟਾਲੀਆਂ ਗਈਆਂ। ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਵੀ ਪਹੁੰਚੇ ਸਨਾ ਸ਼ੀਤਲੰਗੁਰਾਲ। ਉਹਨਾਂ ਨੂੰ ਉੱਥੇ ਸਪੀਕਰ ਨਹੀਂ ਮਿਲੇ ਇਸ ਲਈ ਅੰਗੁਰਾਲ ਨੇ ਵਿਧਾਨ ਸਭਾ ਸਕੱਤਰ ਨੂੰ ਆਪਣਾ ਪੱਤਰ ਸੌਂਪ ਦਿੱਤਾ ਸੀ। ਜਿਸ ਤੋਂ ਬਾਅਦ ਇਹ ਇੰਤਜ਼ਾਰ ਹੋ ਰਿਹਾ ਸੀ। ਕੇ ਵਿਧਾਨ ਸਭਾ ਸਪੀਕਰ ਇਸ ਉੱਪਰ ਕੀ ਫੈਸਲਾ ਲੈਂਦੇ ਨੇ ਤੇ ਹੁਣ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦੇ ਵੱਲੋਂ ਇਸ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ